ਅੱਜਕੱਲ ਲੋਕ ਪਬਲਿਕ ਫਿਗਰ ਹੈ ਨਾ, ਜਿੰਨੇ ਵੀ ਉਹਨਾਂ ਨੂੰ ਪਬਲਿਕ ਪ੍ਰਾਪਰਟੀ ਸਮਝਦੇ ਆ, ਤੁਸੀਂ ਕਿਤੇ ਵੀ ਜਾਂਦੇ ਹੋ ਪਬਲਿਕ ਪ੍ਰਾਪਰਟੀ ਤੇ ਲੋਕ ਜਿੱਥੇ ਜੀ ਕਰਦਾ ਥੁੱਕ ਦਿੰਦੇ ਆ, ਜਿੱਥੇ ਜੀ ਕਰਦਾ ਮੂਤ ਦਿੰਦੇ ਆ। ਸੋ ਪਬਲਿਕ ਫਿਗਰਾਂ ਨੂੰ ਪਬਲਿਕ ਫਿਗਰ ਸਮਝਿਆ ਕਰੋ, ਪ੍ਰਾਪਰਟੀ ਨਾ ਸਮਝਿਆ ਕਰੋ, ਇਹ ਸਰਕਾਰੀ ਨੀਗੇ, ਇਹ ਖੁਦ ਦੇ ਦਮ ਤੇ ਬਣੇ ਹੋਏ ਆ। ਸੋ ਹਾਂਜੀ, ਕਿੱਦਾਂ ਕੀ ਹਾਲ ਚਾਲ? ਵੈਸੇ ਹਾਲ ਚਾਲ ਪੰਜਾਬ ਦੇ ਤੁਹਾਨੂੰ ਆਲਰੇਡੀ ਪਤਾ ਕਿੱਦਾਂ ਦੇ ਹੋਏ ਪਏ ਆ। ਪਿੱਛੇ ਜੇ ਗਾਣਾ ਆਇਆ ਸੀ ਸਿੱਧੂ ਮੂਸੇਵਾਲੇ ਬਾਈ ਦਾ SYL, ਜਿਹਦੇ ਵਿੱਚ ਉਹਨੇ ਅੜਬ ਪੰਜਾਬੀ ਯਾਨੀ ਕਿ ਇਨਡਾਇਰੈਕਟਲੀ ਬੱਬੂ ਮਾਨ ਭਾਅ ਜੀ ਨੂੰ ਟਾਰਗੇਟ ਕੀਤਾ ਸੀਗਾ। ਸੋ ਪਹਿਲੀ ਗੱਲ ਤਾਂ ਯਾਰ ਆਪਾਂ ਸਾਰਿਆਂ ਨੂੰ ਪਤਾ ਕਿ ਬੱਬੂ ਮਾਨ ਭਾਅ ਜੀ ਕਿੰਨੇ ਪੁਰਾਣੇ ਆ ਇਸ ਇੰਡਸਟਰੀ ਵਿੱਚ, ਮੇ ਬੀ ਅੱਜ ਦੀ ਡੇਟ 'ਚ ਕੋਈ ਸਭ ਤੋਂ ਪੁਰਾਣਾ ਸਿੰਗਰ ਇੰਡਸਟਰੀ ਦੇ ਵਿੱਚ ਜੋ ਸਟਿਲ ਗਾ ਰਿਹਾ, ਅਤੇ ਉਹ ਬੱਬੂ ਮਾਨ ਭਾਅ ਜੀ ਅੱਜ ਵੀ ਦੇਖੋ ਭਾਅ ਜੀ ਦੇ ਕਿੱਡੇ ਸ਼ੋਅ ਲੱਗ ਰਹੇ ਆ। ਐਂਡ ਦਿਲੋਂ ਰਿਸਪੈਕਟ ਕਰਦਾ ਯਾਰ ਮੈਂ ਉਸ ਬੰਦੇ ਦੀ ਆਰਟ ਦੀ, ਕਿਉਂਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਆ ਬਟ ਆਰਟਿਸਟ ਬਹੁਤ ਥੋੜ੍ਹੇ ਆ। ਸੋ ਰੀਸੈਂਟਲੀ ਬੱਬੂ ਮਾਨ ਭਾਅ ਜੀ ਦਾ ਇੱਕ ਸ਼ੋਅ ਹੋਇਆ ਜਿਹਦੇ ਵਿੱਚ ਬੱਬੂ ਮਾਨ ਭਾਅ ਜੀ ਨੇ SYL ਗਾਣੇ ਦਾ ਜਾਂ ਇਨਡਾਇਰੈਕਟਲੀ ਸਿੱਧੂ ਮੂਸੇਵਾਲੇ ਬਾਈ ਨੂੰ ਰਿਪਲਾਈ ਦਿੱਤਾ। ਸੋ ਆਪਾਂ ਸੁਣਦੇ ਹਾਂ ਕੀ ਗੱਲਬਾਤ ਹੋਈ ਹੈ। ਮੈਂ ਬੋਲਣ ਦਾ ਹੱਕ ਰੱਖਵਾ ਰੱਖਿਆ ਹੋਇਆ ਹੈ। ਕਿ ਮੈਨੂੰ ਬੋਲਣ ਦਾ ਹੱਕ ਸਭ ਨੂੰ ਹੈ, ਮੈਂ ਬੋਲਣ ਦਾ ਹੱਕ ਰੱਖਵਾ ਰੱਖਿਆ ਹੋਇਆ ਹੈ। ਸੋ ਬਹੁਤ ਹੀ ਘੈਂਟ ਲਾਈਨ ਆ ਕਿ ਹਾਂ ਯਾਰ ਸਭ ਨੂੰ ਹੱਕ ਹੈ ਇੱਕ ਦੂਜੇ ਨੂੰ ਬੋਲਣ ਦਾ। ਸੋ ਭਗਵਾਨ ਭਾਜੀ ਕਹਿ ਰਿਹਾ ਮੈਨੂੰ ਬੋਲਣ ਦਾ ਹੱਕ ਵੀ ਸਾਰਿਆਂ ਨੂੰ ਆ। ਨੀ ਮੇਰੇ ਬਾਰੇ ਬੋਲਣ ਦਾ ਹੱਕ ਸਭ ਨੂੰ ਹੈ, ਮੈਂ ਬੋਲਣ ਦਾ ਹੱਕ ਰੱਖਵਾ ਰੱਖਿਆ ਹੋਇਆ। ਸਭ ਤੋਂ ਪਹਿਲੀ ਗੱਲ ਹੈ ਨਾ, ਮੈਂ ਇਹਦੇ ਕਮੈਂਟ ਸੈਕਸ਼ਨ ਪੜ੍ਹੇ ਸੀ, ਕਮੈਂਟ ਸੈਕਸ਼ਨ 'ਚ ਕਾਫੀ ਲੋਕ ਬੇਸਿਕਲੀ ਉਹ ਸਾਰੇ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਸੀਗੇ। ਕਮੈਂਟ 'ਚ ਨਾ ਗਾਲਾਂ ਕੱਢ ਰਹੇ ਸੀਗੇ, ਕੋਈ ਕਹਿ ਰਿਹਾ ਸੀ ਬਾਂਹ ਦਾ ਅਸਰਾ, ਕੋਈ ਕਹਿ ਰਿਹਾ ਸੀ ਕੋਸ਼ਾ, ਕੋਈ ਕਹਿ ਰਿਹਾ ਸੀ ਕੋਸ਼ਾ। ਮੈਂ ਉਹਨਾਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਅੱਜ ਦੀ ਡੇਟ 'ਚ ਨਾ ਵੱਡੇ ਤੋਂ ਵੱਡਾ ਕਹਿੰਦੇ ਤੋਂ ਘੁਆਉਂਦਾ ਸਿੰਗਰ ਵੀ ਘਰੇ ਬੈਠਾ ਹੋਣਾ, ਬਟ ਇਹ ਬੰਦਾ ਸ਼ੋਅ ਲਾ ਰਿਹਾ, ਉਹਦੇ ਪਿੱਛੇ ਕੋਈ ਰੀਜ਼ਨ ਆ। ਸ਼ੋਅ ਸੋਲਡ ਆਊਟ ਹੁੰਦੇ ਆ, ਇਹਨੂੰ ਲੋਕ ਪਿਆਰ ਕਰਦੇ ਆ, ਪੰਜਾਬੀ ਜਿੱਥੇ ਵੱਸਦੇ ਉੱਥੇ ਇਹਨੂੰ ਵੇਖਣ ਜਾਂਦੇ ਆ। ਕੈਨੇਡਾ 'ਚ ਕਿੱਡੇ ਤਕੜੇ ਟੂਰ ਲਾਇਆ ਬੰਦੇ ਨੇ, ਕਿੱਡੇ ਕਿੱਡੇ ਸ਼ੋਅ ਲੱਗ ਰਿਹਾ ਇਸ ਬੰਦੇ ਦੇ। ਆਪ ਹੀ ਥੋੜ੍ਹੇ ਸਮਝਦਾਰ ਬਣੋ, ਆਪਾਂ ਘਰੇ ਵਿਹਲੇ ਬੈਠੇ ਫੇਸਬੁੱਕ 'ਤੇ ਇਕੱਲੇ ਕਮੈਂਟ ਮਾਰਨ ਜੋਗੇ ਨਾ ਰਹਿ ਜਾਈਏ, ਧਿਆਨ ਰੱਖਿਆ ਕਰੋ। ਤਾਨੇ ਮੇਰੇ ਰੰਜ ਦਾ ਮੈਨੂੰ ਫਰਕ ਨਹੀਂ, ਉਹ ਤਾਨੇ ਨੂੰ ਫਰਕ ਨਹੀਂ ਪੈਂਦਾ ਹੁੰਦਾ, ਰੰਜ ਦਾ ਮੈਨੂੰ ਫਰਕ ਨਹੀਂ, ਚੜ੍ਹਦੀ ਉਮਰੇ ਹਮ ਦਾ ਫੱਕਾ ਛੱਕਿਆ ਹੋਇਆ ਮੈਨੂੰ ਨਿੰਦ ਕੇ ਕਿਹੜੇ ਕਰਜ਼ਾ ਲੈ ਜੂਗਾ, ਬਈ ਮੈਨੂੰ ਨਿੰਦ ਕੇ ਕਿਹੜੇ ਕਰਜ਼ਾ ਲੈ ਜੂਗਾ। ਕੀ ਬਾਤ ਹੈ, ਬੇਗਾਰ ਦਾ ਯੱਕ ਦਾ ਪੱਲਾ ਚੱਕਿਆ ਹੋਇਆ। ਸਹੀ ਗੱਲ ਹੈ ਯਾਰ, ਕਿ ਮੈਨੂੰ ਬੋਲ ਕੇ ਕਿਹੜਾ ਕਰਜ਼ਾ ਲੈ ਜੂਗਾ, ਜਿੱਦਾਂ ਕਿ ਸਿੱਧੂ ਬਾਈ ਨੇ ਗਾਣੇ ਵਿੱਚ ਹੈ ਨਾ ਬੋਲਤਾ ਜੀ, ਫਿਰ ਅੜਬ ਪੰਜਾਬੀ ਰੋਂਦਾ ਕਿਉਂ ਸੀਗਾ। ਚਲੋ ਇਹ ਤਾਂ ਗੱਲ ਖਤਮ ਹੋ ਗਈ, ਉਹ ਮੈਟਰ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਸਹੀ ਹੈ ਯਾਰ, ਕੋਈ ਹੋਰ ਵੀ ਯਾਰ, ਜ਼ਰੂਰੀ ਨਹੀਂ ਸਿੱਧੂ ਮੂਸੇਵਾਲੇ ਬਾਈ ਨੂੰ ਟਾਰਗੇਟ ਆ, ਬਥੇਰੇ ਜਿਹੜੇ ਵੀ ਬੋਲਦੇ ਰਹਿੰਦੇ ਆ। ਸੋ ਬੋਲਣਾ ਤਾਂ ਕਿਸੇ ਮੁੱਦਿਆਂ 'ਤੇ ਬੋਲਣਾ ਯਾਰ, ਵੀ ਜਿੱਦਾਂ ਮਾਨ ਸਾਹਿਬ ਨੇ ਲਾਸਟ ਸ਼ੋਅ 'ਚ ਵੀ ਕਿਹਾ ਸੀ ਵੀ ਮੈਨੂੰ ਛੱਡ ਕੇ ਲੱਗਦਾ ਮੁੱਦੇ ਸਾਰੇ ਮੁੱਕ ਗਏ ਨੇ। ਸੋ ਫੇਸਬੁੱਕ ਵਿਦਵਾਨੋ, ਮੇਰੀ ਕਿਰਦਾਰ ਪੁਸ਼ਤੀ ਕਰਿਆ ਕਰੋ, ਉਹੀ ਗੱਲ ਆ। ਪਹਿਲਾਂ ਬੰਦੇ ਦੀ ਕਿਰਦਾਰ ਪੁਸ਼ਤੀ ਕਰਿਆ ਕਰੋ ਕਿ ਬੰਦਾ ਕੌਣ ਆ, ਬੰਦੇ ਨੇ ਕੀ ਬਲੀਦਾਨ ਦਿੱਤਾ, ਸਾਰੀ ਜ਼ਿੰਦਗੀ ਆਪਦੀ ਮਿਊਜ਼ਿਕ ਨੂੰ ਦਿੱਤੀ ਯਾਰ ਇਸ ਬੰਦੇ ਨੇ, ਅਤੇ ਤੁਸੀਂ ਬਦਲੇ 'ਚ ਉਹਨੂੰ ਆਹ ਰਿਸਪੈਕਟ ਦੇ ਰਹੇ ਹੋ, ਕਮੈਂਟ 'ਚ ਗਾਲਾਂ ਲਿਖ ਰਹੇ ਹੋ। ਅੱਜ ਕੱਲ੍ਹ ਲੋਕ ਪਬਲਿਕ ਫਿਗਰ ਹੈ ਨਾ, ਜਿੰਨੇ ਵੀ ਉਹਨਾਂ ਨੂੰ ਪਬਲਿਕ ਪ੍ਰੋਪਰਟੀ ਸਮਝਦੇ ਆ, ਤੁਸੀਂ ਕਿਤੇ ਵੀ ਜਾਂਦੇ ਹੋ ਪਬਲਿਕ ਪ੍ਰੋਪਰਟੀ 'ਤੇ ਲੋਕ ਜਿੱਥੇ ਜੀ ਕਰਦਾ ਥੁੱਕ ਦਿੰਦੇ ਆ, ਜਿੱਥੇ ਜੀ ਕਰਦਾ ਮੂਤ ਦਿੰਦੇ ਆ। ਸੋ ਪਬਲਿਕ ਫਿਗਰਾਂ ਨੂੰ ਪਬਲਿਕ ਫਿਗਰ ਸਮਝਿਆ ਕਰੋ, ਪ੍ਰੋਪਰਟੀ ਨਾ ਸਮਝਿਆ ਕਰੋ, ਇਹ ਸਰਕਾਰੀ ਨੀਗੇ, ਇਹ ਖੁਦ ਦੇ ਦਮ 'ਤੇ ਬਣੇ ਹੋਏ ਆ। ਰਸ਼ ਦੇਖਿਆ ਕਰੋ ਯਾਰ ਕੌਨਸਰਟਾਂ ਦੇ, ਅਗਲੇ ਦੇ ਸ਼ੋਆਂ 'ਤੇ, ਲਾਈਵ ਸ਼ੋਅ ਹੁੰਦੇ ਇਹਦੇ ਤਾਂ। ਜਿਸ ਸੰਘਰਸ਼ ਦੀ ਗੱਲ ਤੇ ਤਬਸਰਾ ਕਰਦੇ ਹੋ, ਕਿਸਾਨੀ ਮੋਰਚਾ ਦੀ ਗੱਲ ਤੇ ਤਬਸਰਾ ਕਰਦੇ ਹੋ, ਦੌਲਤ ਸ਼ਰਤ ਹੱਡਾ ਮੇਰਿਆਂ ਨੇ ਚੱਕਿਆ ਹੋਇਆ ਹੈ। ਓਕੇ, ਆਵਾਜ਼ ਕਲੀਅਰ ਨਹੀਂ ਆ ਨਾ ਯਾਰ ਚੋਦੀ, ਫੋਨ ਤੋਂ ਰਿਕਾਰਡ ਕੀਤੀ ਗਈ ਨਹੀਂ। ਇਹ ਜਿਹੜੇ ਸ਼ੋਅ ਸ਼ੂਜ਼ ਹੁੰਦੇ ਨਾ ਇੱਥੇ, ਨਿਊਜ਼ ਰਿਪੋਰਟਰ ਜੇ ਮੂਹਰੇ ਖੜ੍ਹੇ ਹੁੰਦੇ ਆ ਲੈ ਕੇ ਫੋਨ ਫੋਨ ਜੇ ਟਿਕਟਾਂ ਲੈ ਕੇ ਜਾਂਦੇ ਆ, ਬਹੁਤ ਨਿਊਜ਼ ਰਿਪੋਰਟਰਾਂ ਦਾ ਦਿਮਾਗ ਹੁੰਦਾ। ਹੁਣ ਦੇਖ ਲਓ ਬੱਬੂ ਮਾਨ ਭਾਅ ਜੀ ਸਿੰਗਿੰਗ ਕਰਦੇ, ABP ਸਾਂਝਾ ਮਤਲਬ ਨਿਊਜ਼ ਚੈਨਲ ਆ, ਇਹਨਾਂ ਨੇ ਪਾ ਰੱਖੀ ਹੈ ਕਲਿੱਪ, ਵਿਊਜ਼ ਲੈਂਦੇ ਆ ਸਿੰਗਰਾਂ ਤੋਂ ਵੀ। ਠੇਠ ਪੰਜਾਬੀ ਯਾਰ, ਛੱਡਦੇ ਬਹੁਤ ਜੇ ਕੋਈ ਮੋਤਾ ਭਗਿਆ ਹੋਇਆ ਹੈ, ਮੈਂ ਬਹੁਤ
खासे हीने हो गया ठेठ ਕਹਿੰਦਾ ਮੇਰੇ ਮੱਥੇ ਤੇ ਖਲਨਾਇਕ ਲਿਖ ਦਿਓ ਵੀ ਇੱਕੋ ਤੋਹਫਾ ਤੁਸੀਂ ਮੇਰੇ ਲਈ ਰੱਖਿਆ ਹੋਇਆ ਹੈ ਇੱਕੋ ਰਤਬਾ ਮੇਰੇ ਲਈ ਤਾਂ ਰੱਖਿਆ ਹੋਇਆ ਹੈ क्या आवाज है यार बंदे दी वाई भाई कहिंदा मैं अपने नाल बहसबाजियां करने छड़िया हुई मैं गुस्सा कई होर चीजां लई सांभ के रखिया हुआ सो यी है ना कोई 3 मिनट की क्लिप सी मैं सोचा यार कि थोड़ी जी ज़्यादा कॉन्सपरेसी फैल रही है थोड़ी जी हेट ज़्यादा फैल रही है जो भी हेट फैलती है ना मेरा एक मोट हों कि है ना मैं हमेशा यार सीधे ही गल करता जिन्हें भी होंगे ना भी 16-16 साल के कई मैं 40 पहले होंगे ही 16-16 साल के हूँ मैं कई 40-40, 45-45 मैं फेसबुक प्रोफाइल खोल के वेखदा 45-45 साल के बुढ़े भी जेहड़े पहले सिद्धू नूं गालां कढ़दे सी हुण ओह वी उहदे आल दी होए पए आ ते उहदे मगर लग के ना माड़ा बोलदे कमेंटां नूं कईआं नूं इदां कमेंट मार के आया हौसला हो जांदा सी पता नहीं की देश लई ऑस्कर अवार्ड ही जित रहा कि देश लई पता नहीं की करता सो डोंट बी आ फुद्दू कमेंटर जे कमेंट करना हुंदा किसे नूं पॉजिटिव कमेंट करिया करो मे बी कोई बंदा थोड़ा पढ़े अगले दी भी जिंदगी च कुछ फायदा होवे अजकल तां यार कमेंटर्स दी सोच ते मैंटैलिटी इदां दी होई पई ने कई जो कमेंट पढ़दे आ हासा आउंदा यार देख लो ना कि इदा इदा के बंदे जो शक्लों खुद बेरोजगार हो गए बैठे फेसबुक पर कमेंट छड़ी जाते मैं बहुत खिच चढ़ती है जो मैं किसी सीनियर आर्टिस्ट की कोई डिसरिस्पैक्ट करता चाहे तुम किसी के भी फैन हो कोई फर्क नहीं पैंदा पर जिदन मैं यार मैं कोई एडा तगड़ा आर्टिस्ट है नहीं मैनू माड़ा बोल दे मैं किसी हद तक समझ भी सकता चलो ठीक है बट जिहड़े बंदे ने इन्ना कुछ करता इंडस्ट्री लई पंजाबी गाउंदा पंजाबी मां बोली लई गाउंदा कनेडा च पंजाबियों जा जाके पंजाबियों लई कनेडा जा जाके शो लाउंदा तुसीं उस बंदे नूं भी नहीं जर रहे साडे अर्गे नूं पता नहीं की करोगे साडे अर्गे नाल सो इस गी अज दी वीडियो आ होप तुसीं मेरी गल नूं समझे होवोगे जिन्हें भी बब्बू मान साहब दे फैन देख रहे सारे लई तुसीं भी कदे भी किसी नूं माड़ा ना बोलो चाहे कोई भी होवे क्योंकि जदों SOL गाना आया सीगा काफ़ी बब्बू मान दे फैन डिसअपॉइंटड हो गए सीगे ते काफ़ी लोगों ने बहुत कुछ कहा सी चलो यार वो बंदा हुण अपने च रहा ही नहीं आपां की कह सकदे मे भी जे जिंदा हुंदा तां शायद मैं भी कुछ ना कुछ कह दिंदा बट हाँ यही लाइफ आ आपदा इंजॉय करो नज़ारे लो बाकी आपां मिलदे हां।